कोरोना वायरस ਦੇ ਚੱਲਦੇ ਆ ਕਰਫਿਊ ਦੌਰਾਨ ਜਿੱਥੇ ਅਨੇਕਾਂ ਸੰਸਥਾਵਾਂ ਜਿਹੜੀਆਂ ਹੈਗੇ ਮਨੁੱਖਤਾ ਦੀ ਸੇਵਾ ਕਰ ਰਹੀਆਂ ਨੇ ਜਿਹੜੇ ਗਰੀਬ ਲੋਕ ਨੇ ਉਹਾਂ ਵਾਸਤੇ ਜਿਹੜਾ ਕਿ ਖਾਣੇ ਦਾ ਪ੍ਰਬੰਧ ਕਰ ਰਹੀਆਂ ਨੇ ਘਰ ਘਰ ਤੱਕ ਜਿਹੜੇ ਕਿ ਖਾਣਾ ਪਹੁੰਚਾਉਣ ਦਾ ਕੰਮ ਕਰ ਰਹੀਆਂ ਨੇ ਇਸੇ ਦੇ ਵਿੱਚ ਜਿਹੜਾ ਕਿ ਜਲੰਧਰ ਵਿਖੇ ਇੱਕ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਜਿਹੜੇ ਜਿਹੜੀ ਕਿ ਬੇਜ਼ੁਬਾਨ ਜਿਹੜੇ ਜਾਨਵਰ ਨੇ ਉਨਾ ਦੇ ਵਾਸਤੇ ਉਹਦੀ ਭੁੱਖ ਮਿਟਾਉਣ ਵਾਸਤੇ ਜਿਹੜੀ ਇਹ ਸੇਵਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੈਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਕਿ ਇਹ ਜਿਹੜੀ ਫਾਊਂਡੇਸ਼ਨ ਹੈਗੀ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਇਹ ਜਿਹੜੇ ਯੂਵੀ ਸਿੰਘ ਨੇ ਜਿਹੜੇ ਇਹਨਾਂ ਦੇ ਜਿਹੜੇ ਇਸ ਨੂੰ ਚਲਾਉਂਦੇ ਨੇ ਉਹ ਕਿਸ ਤਰ੍ਹਾਂ ਇਹਨਾਂ ਬੇਜ਼ਬਾਨ ਜਾਨਵਰਾਂ ਵਾਸਤੇ ਜਿਹੜਾ ਹੈ ਕਿ ਇਹ ਖਾਣਾ ਤਿਆਰ ਕਰਦੇ ਨੇ ਫਿਰ ਇਹਨਾਂ ਨੂੰ ਦਿੰਦੇ ਨੇ ਤਾਂ ਕਿ ਜਿਹੜੇ ਬੇਜ਼ਬਾਨ ਜਾਨਵਰ ਨੇ ਇਹ ਵੀ ਆਪਣੀ ਭੁੱਖ ਮਿਟਾ ਸਕਣ ਦੇਖ ਸਕਦੇ ਹੋ ਤੁਸੀਂ ਇੱਕ ਇਸ ਇਲਾਕੇ ਵਿੱਚ ਜੰਦਰ ਦੇ ਬੱਸ ਸਟੈਂਡ ਇਲਾਕੇ ਵਿੱਚ ਇਸ ਟਾਈਮ ਹੈਗੇ ਨੇ ਔਰ ਇਹ ਜਿਹੜਾ ਹੈ ਕਿ ਜਿਹੜੇ ਗਲੀ ਦੇ ਜਿਹੜੇ ਜਿਹੜੇ ਹੈਗੇ ਨੇ ਜਿਹੜੇ ਜਾਨਵਰ ਨੇ ਜਿਹੜੇ ਗਲੀ ਦੇ ਆਵਾਰਾ ਕੁੱਤੇ ਨੇ ਉਹਨਾਂ ਵਾਸਤੇ ਜਿਹੜਾ ਹੈ ਕਿ ਇਹ ਇਹੜੀ ਖਾਣਾ ਜਿਹੜਾ ਤਿਆਰ ਕਰ ਰਹੇ ਨੇ ਇਸ ਦੇ ਵਿੱਚ ਜਿਹੜਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੈ ਇਹਨਾਂ ਵਾਸਤੇ ਜਿਹੜਾ ਹੈ ਕਿ ਜਿਹੜਾ ਖਾਣਾ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਸੋ ਇਸ ਵਾਸਤੇ ਜਿਹੜਾ ਇਸ ਤੇ ਵਿੱਚ ਜਿਹੜਾ ਹੈ ਕਿ ਬ੍ਰੈਡ ਜਾਂ ਪੈਟਾ ਕਰੀ ਜਿਹੜੀ ਫੀਡ ਹੁੰਦੀ ਹੈ ਉਹ ਤੇ ਦੁੱਧ ਦੇ ਨਾਲ ਜਿਹੜਾ ਹੈ ਕਿ ਇਹਨਾਂ ਦਾ ਜਿਹੜਾ ਖਾਣਾ ਤਿਆਰ ਕੀਤਾ ਜਾਂਦਾ ਇਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇਹਨਾਂ ਬੇਜੁਬਾਨ ਜਾਨਵਰਾਂ ਵਾਸਤੇ ਇਹ ਸੇਵਾ ਕਰ ਰਹੇ ਨੇ ਸੋ ਜਿੱਥੇ ਕਿ ਲੋਕ ਜਿਹੜੇ ਹੈਗੇ ਨੇ ਆ ਜਿ세 ਲੋਕਾਂ ਦੀ ਸੇਵਾ ਕਰ ਰਹੇ ਨੇ ਉਸੇ ਹੋਰ ਵੀ ਲੋਕਾਂ ਨੂੰ ਜਿਹੜਾ ਹੈ ਕਿ ਇਹਨਾਂ ਬੇਜ਼ੁਬਾਨਾਂ ਜਿਹੜੇ ਜਾਨਵਰ ਨੇ ਉਹਨਾਂ ਦਾ ਵੀ ਖਿਆਲ ਕਰਨਾ ਚਾਹੀਦਾ ਜਿਹੜਾ ਕਿ ਜਲੰਧਰ ਦੇ ਜਿਹੜੇ ਯੂਵੀ ਸਿੰਘ ਜੀ ਬਖੂਬੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕਿ ਕਿਵੇਂ ਹੈ ਜਿਹੜੇ ਇਹਨਾਂ ਨੂੰ ਖਾਣਾ ਜਿਹੜਾ ਦਿੱਤਾ ਜਾ ਰਿਹਾ ਹੈ ਇਹਨਾਂ ਵੱਲੋਂ ਇਹਨਾਂ ਦੇ ਫਾਊਂਡੇਸ਼ਨ ਦੇ ਜਿਹੜੇ ਸਦਸਤ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਇਹ ਜਿਹੜੇ ਬੇਜ਼ੁਬਾਨ ਜਾਨਵਰ ਨੇ ਆ ਜਿਹੜੇ ਇਹ ਹੈ ਕਿ ਨੇ ਕਿਸ ਤਰ੍ਹਾਂ ਖਾ ਰਹੇ ਨੇ ਇਹਨਾਂ ਨੂੰ ਕਿੰਨੀ ਕੁ ਭੁੱਖ ਲੱਗੀ ਹੋਏਗੀ ਜਿਹੜਾ ਹੈ ਕਿ ਜਿਹੜਾ ਇਹਨਾਂ ਤੱਕ ਜਿਹੜੀ ਅੱਜ ਖਾਣਾ ਪਹੁੰਚ ਜਿਹੜਾ ਇਹਨਾਂ ਨੇ ਪਹੁੰਚਦਾ ਕਰਵਾਇਆ ਹੈ ਜਿਹੜਾ ਖਾਣਾ ਖਾ ਰਹੇ ਨੇ ਸੋ ਜਿਹੜਾ ਤੁਸੀਂ ਕੋ ਤੁਸੀਂ ਦੇਖ ਸਕ ਰਹੇ ਹੋ ਕਿ ਜਿਹੜੇ ਬੇਜ਼ਵਾਨ ਕਿੰਨੇ ਦਿਨਾਂ ਤੋਂ ਜਿਹੜੇ ਹੈਗੇ ਜਿਹੜੇ ਕਿ ਭੁੱਖ ਦੇ ਨਾਲ ਜਿਹੜਾ ਤੜਪ ਰਹੇ ਹੋਣਗੇ ਨਜ਼ਰਾਂ ਨੂੰ ਆ ਨੇ ਜਿਹਦਾ ਜਿਹੜਾ ਜਿਨ੍ਹਾਂ ਦੀ ਇਹ ਸੇਵਾ ਕਰ ਰਹੇ ਨੇ ਸੋ ਸਾਡੇ ਨਾਲ ਇਸ ਟਾਈਮ ਜਿਹੜਾ ਯੂਵੀ ਸਿੰਘ ਨੇ ਜੀਰੇ ਸਾਹਿਬਾ ਯੂਵੀ ਸਿੰਘ ਨੇ ਸੀਨਾ ਤੋਂ ਜਾਨਣਾ ਕਿ ਸਰ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈ ਇੱਕ ਕੰਮ ਜਿਹੜਾ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਤਾਂ ਤੁਸੀਂ ਸਰ ਇੱਕ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਕਰਫਿਊ ਦੌਰਾਨ ਔਰ ਤੁਸੀਂ ਕਿੰਨੋਂ ਕਿਹੜੇ-ਕਿਹੜੇ ਇਲਾਕੇ ਸੇਵਾ ਕਰ ਰਹੇ ਹੋਏ ਸਰ ਆਲਮੋਸਟ ਸਾਰਾ ਜਲੰਧਰ ਕਰ ਰਹੇ ਆ ਕਰਦੇ ਨੂੰ ਕਰਫਿਊ ਦਾ ਅਜ ਪੰਜਵਾਂ ਦਿਨ ਹੈ ਪੰਜ ਦਿਨ ਤੋਂ ਬਲ ਲਗਾਤਾਰ ਆਪਣਾ ਡੌਗ ਫੀਡ ਦੁੱਧ ਤੇ ਬ੍ਰੈਡ ਅਸੀਂ ਲਗਾਤਾਰ ਇਹਨਾਂ ਨੂੰ ਦੇਈ ਜਾ ਰਹੇ ਆ ਸੋ ਇਸੇ ਤਰ੍ਹਾਂ ਮਹੀਮ ਚਲਦੀ ਰਹੇਗੀ ਜਦ ਤੱਕ ਕਰਫਿਊ ਰਹੇਗਾ ਅਸੀਂ ਇਸ ਸਕੇਲ ਨੂੰ ਵੀ ਹੋਰ ਵਧਾਈ ਜਾ ਰਹੇ ਹੌਲੀ ਹੌਲੀ ਡੌਗਸ ਦੀ ਤਾਦਾਦ ਵੀ ਵਧਾ ਰਹੇ ਹਾਂ ਮਹੱਲਿਆਰੀ ਤਾਦਾਦ ਵਧਾ ਰਹੇ ਹਾਂ ਤਕਰੀਬਨ ਪੂਰਾ ਜ਼ਿਲੰਦਰ ਕਵਰ ਕਰ ਰਹੇ ਹਾਂ ਤੇ ਤੁਸੀਂ ਕੀ ਕੀ ਤੁਸੀਂ ਜਿਹੜੀ ਇਹਨਾਂ ਦੀ ਡਾਈਟ ਤਿਆਰ ਕਰਦੇ ਹੋ ਜਿਹੜਾ ਦਾ ਖਾਣਾ ਤਿਆਰ ਕਰਦੇ ਹੋ ਕੀ ਕੀ ਹੁੰਦਾ ਉਸ ਤੋਂ ਥੋੜਾ ਦੱਸ ਸਭ ਤੋਂ ਪਹਿਲੇ ਤਾਂ ਅਸੀਂ ਡਿਸਪੋਜ਼ਲ ਪਲੇਟਸ ਜਿਹੜੀ ਸਪੈਸ਼ਲ ਅਰੇਂਜ ਕੀਤੀਆਂ ਕਿਉਂਕਿ ਜ਼ਮੀਨ ਤੇ ਖਾਣਾ ਦੇਣਾ ਆਪਾਂ ਚਾਹਦੇ ਕਿ ਡਰਟੀ ਖਾਣਾ ਮਿਲੇ ਨਾ ਸਾਫ਼ ਸੁਥਰਾ ਖਾਣਾ ਮਿਲੇ ਫਰੈਸ਼ ਬ੍ਰੈਡਸ ਹੈਗੀਆਂ ਆ ਪੈਡਿਗਰੀਜ਼ ਹੈਗੀਆਂ ਆ ਉਹ ਪਰੋਵਾਈਡ ਕਰ ਰਹੇ ਆ ਤੇ ਰੋਜ਼ਾਨਾ ਕਿੰਨੇ ਇਲਾਕਿਆਂ ਚ ਤੁਸੀਂ ਜਾਣਦੇ ਹੋ ਤੇ ਹੁਣ ਤੱਕ ਕਿੰਨੇ ਜਿਹੜੇ ਹੈਗੇ ਨੇ ਬੇਸਬੰਦ ਜਿਹੜੇ ਜਾਨਵਰ ਆ ਉਹਨਾਂ ਤੁਸੀਂ ਹੁਣ ਤੱਕ ਖਾਣਾ ਪਹੁੰਚਾ ਚੁੱਕੇ ਹੋ ਜਾਂ ਖਾਣਾ ਰੋਜ਼ ਦਿੰਦੇ ਹੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਹਾਲ ਕਿ ਆਪਾਂ ਸਵੇਰੇ अर्ਲੀ ਮਾਰਨਿੰਗ ਸ਼ੁਰੂ ਹੋ ਜਾਂਦੀ ਹੈ ਰਾਤ ਤੱਕ ਚੱਲਦਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਮਾਡਲ ਟਾਊਨ ਮਠਾ ਬਜ਼ਾਰ ਚੰਦਪੁਰ ਨੇ ਮੰਦਿਰ ਤੇ ਸ਼ਕਤੀ ਨਗਰ ਉਦਮ ਸਿੰਘ ਨਗਰ ਇਸਲਾਮ ਗੰਜ ਸ਼ਿਵਯਾਰ ਬੈਂਕਿੰਗ ਕਲੇ ਬੈਂਕ ਕਲੋਨੀ ਮਠਾਪੁਰ ਰੋਡ ਫਰਮਨ ਸਟ੍ਰੀਟ ਫੇਜ਼ 1 2 ਗੋਲਡਨ ਐਵਰੀਆ ਹੋਂ ਤੱਕ ਅਸੀਂ ਸਾਰੀ ਏਰੀਆ ਕਰਦੇ ਜਾਵਾਂਗੇ ਅੱਗੇ ਵੀ ਫੀਡ ਐਂਡ ਆਫ ਦਾ ਡੇ ਤੱਕ ਔਰ ਹਾਂ ਇਹ ਲੇਟ ਨਾਈਟ ਤੱਕ ਚੱਲਦਾ ਆ ਸਵੇਰੇ ਵਾਲੀ ਮਾਰਨਿੰਗਸ ਲੈ ਕੇ ਬਹੁਤ ਏਰੀਆ ਅਸੀਂ ਕਵਰ ਕਰ ਲੰਨੇ ਆ ਤੇ ਜਿਹੜਾ ਕਿ ਤੁਹਾਨੂੰ ਇਸ ਦੇ ਵਿੱਚ ਕਿੰਨੇ ਕੁ ਲੋਕ ਸਹਿਯੋਗ ਕਰ ਰਹੇ ਨੇ ਆ ਤੁਸੀਂ ਆਪਣੇ ਪੱਧਰ ਤੇ ਕਰ ਰਹੇ ਹੋ ਥੋੜਾ ਇਸ ਬਾਰੇ ਵੀ ਦੱਸ ਸਾਡਾ ਇੱਕ ਛੋਟਾ ਜਿਹਾ ਗਰੁੱਪ ਬਣਿਆ ਹੋਇਆ ਆ ਉਹਦੇ ਵਿੱਚ ਅਸੀਂ ਆਪਸ ਦੇ ਵਿੱਚ ਨਾਲ ਮਿਲ ਕੇ ਕਰੀ ਆ ਰਹੇ ਆ ਇਸ ਗਰੁੱਪ ਦੇ ਵਿੱਚ ਬੱਚੇ ਵੀ ਨੇ ਵੱਡੇ ਵੀ ਨੇ ਬਜ਼ੁਰਗ ਵੀ ਨੇ ਇੱਥੇ ਆਏ ਹੋਏ ਨੇ ਸਾਰੇ ਖਾਣਾ ਫੀਡ ਕਰ ਰਹੇ ਨੇ ਸੋ ਇਦਾਂ ਹੀ ਬਸ ਚਲਾ ਰਹੇ ਆ ਤੇ ਜਿਹੜਾ ਜਿਵੇਂ ਕਿ ਤੁਸੀਂ ਇਹਨਾਂ ਨੂੰ ਖਾਣਾ ਦਿੰਦੇ ਹੋ ਤਾਂ ਇਹਨਾਂ ਦਾ ਜਿਹੜੇ ਜਿਹੜੇ ਜਾਨਵਰ ਨੇ ਦਾ ਕੀ ਰਿਐਕਸ਼ਨ ਹੁੰਦਾ ਥੋੜਾ ਰਿਐਕਸ਼ਨ ਇਹ ਹੁੰਦਾ ਜੀ ਸਭ ਤੋਂ ਪਹਿਲੇ ਤਾਂ ਜਦੋਂ ਵੀ ਕਿਸੇ ਨੂੰ ਭੁੱਖ ਲੱਗੀ ਹੁੰਦੀ ਹੈ ਨਾ ਉਹਦੇ ਲਈ ਕੋਈ ਇਨਸਾਨ ਖਾਣਾ ਲੈ ਕੇ ਨਹੀਂ ਆਉਂਦਾ ਹੈਗਾ ਇਹ ਖਾਣਾ ਉਹਦੇ ਲਈ ਰੱਬ ਵੱਲੋਂ ਆਉਂਦਾ ਤੇ ਇਹਨਾਂ ਨੂੰ ਇਹੀ ਹੁੰਦਾ ਹੈ ਕਿ ਚਲੋ ਰੱਬ ਆਇਆ ਆ ਇਨੇ ਵਧੀਆ ਤਰੀਕੇ ਤੁਸੀਂ ਦੇਖਿਆ ਕਿਦਾਂ ਸਾਡੇ ਮੈਂਬਰਾਂ ਦੇ ਉੱਪਰ ਡਾਕ ਚੜ੍ਹ ਰਹੇ ਸੀਗੇ ਜੱਫੀਆਂ ਪਾ ਰਹੇ ਸੀਗੇ ਕਿ ਇਹਨਾਂ ਨੂੰ ਪਤਾ ਹੈ ਕਿ ਖਾਣਾ ਲੈ ਕੇ ਆਏ ਨੇ ਇਹ ਬਹੁਤ ਖੁਸ਼ ਹੁੰਦੇ ਨੇ ਕਿ ਇਹਨਾਂ ਨੂੰ ਕਿਉਂਕਿ ਜਿੰਨوں ਵੀ ਭੁੱਖ ਲੱਗੀ ਹੈ ਉਹਦੇ ਲਈ ਖਾਣੇ ਤੋਂ ਵੱਡੀ ਚੀਜ਼ ਉਸ ਵੇਲੇ ਕੁਝ ਵੀ ਨਹੀਂ ਹੈਗਾ ਜਿਵੇਂ ਕੋਰੋਨਾ ਇੱਕ ਮਹਾਮਾਰੀ ਹੈ ਭੁੱਖਮਰੀ ਵੀ ਇੱਕ ਮਹਾਮਾਰੀ ਹੈ ਸੋ ਕਿਸੇ ਭੁੱਖੇ ਨੂੰ ਖਾਣਾ ਖਵਾਉਣਾ ਤੇ ਬਹੁਤ ਇੱਕ ਜ਼ਰੂਰੀ ਚੀਜ਼ ਹੈ ਸੋ ਜਿਹੜਾ ਤੁਸੀਂ ਜਿਹੜੇ ਜਲੰਧਰ ਦੇ ਹੋਰ ਜਿਹੜੇ ਵਸਨੀਕ ਨੇ ਜਲੰਧਰ ਹੋਰ ਲੋਕ ਨੇ ਜਿਹੜੇ ਉਹਨਾਂ ਤੁਸੀਂ ਕੀ ਅਪੀਲ ਕਰਨਾ ਮੈਂ ਜੀ ਸਾਰਿਆਂ ਨੂੰ ਅਪੀਲ ਕਰਾਂਗਾ ਕਿਰਪਾ ਕਰਕੇ ਆਪਣੇ ਘਰਾਂ ਦੇ ਬਾਹਰ ਖਾਣਾ ਜਰੂਰ ਰੱਖੋ ਪਾਣੀ ਜਰੂਰ ਰੱਖੋ ਇਹਨਾਂ ਲਈ ਹੋ ਸਕੇ ਤਾਂ ਥੋੜਾ ਬਹੁਤ ਇੱਕ ਅਦਾ ਮੈਂਬਰ ਘਰ ਤੋਂ ਮਾਰਕੀਟ ਤੱਕ ਜਾ ਕੇ ਵੀ ਖਾਣਾ ਥੋੜਾ ਬਹੁਤ ਪਾ ਕੇ ਆਵੇ ਕਿਉਂਕਿ ਜੇ ਆਪਾਂ ਕਿਸੇ ਦੇ ਇਹ ਵੀ 15 ਦੇ ਵੀ ਪਰਿਵਾਰ ਹੁੰਦੇ ਆ ਕਿਸੇ ਦੇ ਪਰਿਵਾਰ ਨੂੰ ਬਚਾਵਾਂਗੇ ਖਾਣਾ ਦਵਾਂਗੇ ਰੱਬ ਵੀ ਸਾਨੂੰ ਮਿਹਰ ਕਰੇਗਾ ਸਾਡੇ ਬੱਚਿਆਂ ਤੇ ਮਿਹਰ ਕਰੇਗਾ ਅਸੀਂ ਵੀ ਦੂਜਿਆਂ ਦੇ ਬੱਚਿਆਂ ਤੇ ਮਿਹਰ ਕਰੀਏ ਜੇ ਸਾਡੇ ਲਈ ਰੱਬ ਹੈਗਾ ਤੇ ਅਸੀਂ ਵੀ ਕਿਸੇ ਲਈ ਰੱਬ ਨਹੀਂ ਹੈ ਸੋ ਇਹਨਾਂ ਦੇ ਨਾਲ ਨਾਲ ਇੱਕ ਸਾਡੇ ਨਾਲ ਮੈਡਮ ਰੇਖਾ ਜਿੰਦਲ ਵੀ ਨੇ ਜਿਹੜੇ ਆਪਣੇ ਪੂਰੇ ਪਰਿਵਾਰ ਦੇ ਨਾਲ ਇਸ ਫਾਊਂਡੇਸ਼ਨ ਨਾਲ ਜੁੜ ਕੇ ਜਿਹੜੇ ਸੇਵਾ ਕਰ ਰਹੇ ਨੇ ਅਸੀਂ ਨਾਲ ਜਰਾਂਗੇ ਮੈਡਮ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਜਿਹੜਾ ਜੋ ਯੂਵੀ ਸਿੰਘ ਜਲੰਧਰ ਚ ਕੰਮ ਕਰ ਰਹੇ ਤੁਹਾਨੂੰ ਵੀ ਨਾਲ ਜੁੜਨਾ ਚਾਹੀਦਾ ਬਹੁਤ ਚੰਗਾ ਕੰਮ ਕਰ ਰਹੀ ਹੈ ਯੂਵੀ ਸਿੰਘ ਕਿਉਂਕਿ ਇਹ ਨਾ ਜਾਨਵਰ ਆ ਮਾਰੇ ਆਮ ਤੌਰ ਤੇ ਲੋਕ ਨਹੀਂ ਸੋਚਦੇ ਸਭ ਗਰੀਬਾਂ ਨੂੰ ਤਾਂ ਦਿੰਦੇ ਆ ਪਰ ਇਹਨਾਂ ਬੇਜਵਾਨਾਂ ਬਾਰੇ ਕੋਈ ਨਹੀਂ ਸੋਚਦਾ ਤੇ ਯੂਵੀ ਸਿੰਘ ਦਾ ਕੰਮ ਨੂੰ ਬਹੁਤ ਚੰਗਾ ਲੱਗਦਾ ਮੈਂ ਪਿਛਲੇ 1 ਸਾਲ ਤੋਂ ਯੂਵੀ ਸਿੰਘ ਨਾਲ ਜੁੜੀ ਹੋਈ ਆ ਤੇ ਯੂਵੀ ਸਿੰਘ ਨਾ ਸਿਰਫ ਇਹਨਾਂ ਨੂੰ ਖਾਣਾ ਖਵਾਉਂਦਾ ਬਲਕਿ ਇਹਨਾਂ ਦਾ ਫ੍ਰੀ ਟ੍ਰੀਟਮੈਂਟ ਕਰਨ ਦਾ ਇਵਨ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰਾ ਤੇ ਹੁਣ ਤੁਹਾਡਾ ਜਿਹੜਾ ਕਰਫਿਊ ਦੌਰਾਨ ਕੀ ਮੈਂ ਸਾਰਾ ਸ਼ਡਿਊਲ ਚੱਲਦਾ ਥੋੜਾ ਸੋ ਕਰਫਿਊ ਦੌਰਾਨ ਮੇਨ ਜਿਹੜਾ ਹੈਗਾ ਕੰਮ ਇਹਨਾਂ ਨੂੰ ਖਾਣਾ ਖਵਾਉਂਦਾ ਤੇ ਯੂਵੀ ਸਿੰਘ ਤੇ ਹੋਰ ਮੈਂਬਰਸ ਜਿਹੜੇ ਹੈਗੇ ਨੇ ਸਵੇਰ ਤੋਂ ਲੈ ਕੇ ਸ਼ਾਮ ਰਾਤ ਤੱਕ ਬਿਨਾ ਆਪਣੀ ਪਰਵਾਹ ਕਿਤੇ ਹੋਏ ਪੂਰੇ ਮਤਲਬ ਜਲੰਧਰ ਦੇ ਜਿੱਥੋਂ ਤੱਕ ਇਹਨਾਂ ਦੀ ਪਹੁੰਚ ਹੈਗੀ ਆ ਨਾ ਸਿਰਫ ਕੁੱਤੇ گاਵਾں ਔਰ ਵੀ ਬਰਡਸ ਵਗੈਰਾ ਸਭ ਨੂੰ ਖਾਣਾ ਦੇਣ ਦਾ ਇਹ ਜੋ ਮਤਲਬ ਕਰ ਸਕਦੇ ਉਹ ਕਰ ਰਹੇ ਨੇ ਸੋ ਇੱਕ ਬੜਾ ਹੀ ਨੇਕ ਜਿਹੜਾ ਉਪਰਾਲਾ ਨੇ ਜਲੰਧਰ ਤੋਂ ਜਿਹੜੇ ਯੂਵੀ ਸਿੰਘ ਕਰ ਰਹੇ ਨੇ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਅਧੀਨ ਇਹ ਜਿਹੜਾ ਕੰਮ ਜਿਹੜਾ ਚੱਲ ਰਿਹਾ ਬਹੁਤ ਹੀ ਸ਼ਲਾਘਾਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਇਹੜੇ ਇਸ ਇਲਾਕੇ ਦੇ ਜਿਹਨੇ ਬੇਜ਼ੁਬਾਨ ਜਾਨਵਰ ਸਕੇ ਉਹਨਾਂ ਨੂੰ ਕਿੰਨੀ ਕੁ ਭੁੱਖ ਲੱਗੀ ਹੋਈ ਸਨ ਕਿ ਕਿਵੇਂ ਉਹ ਆਪਣਾ ਇਹੜਾ ਕਿ ਖਾਣਾ ਜਿਹੜਾ ਖਾ ਕੇ ਆਪਣਾ ਜਿਹੜਾ ਜਿਹੜੀ ਭੁੱਖ ਮਿਟਾ ਰਹੇ ਨੇ ਸੋ ਲੋਡ ਹੈ ਯੂਵੀ ਸਿੰਘ ਵਾਂਗ ਹੋਰ ਵੀ ਲੋਕਾਂ ਨੂੰ ਜਲੰਧਰ ਦੇ ਵਿੱਚ ਅੱਗੇ ਆਉਂਦੀ ਤੇ ਇਹਨਾਂ ਵਾਂਗ ਜਿਹੜੇ ਬੇਜ਼ੁਬਾਨ ਜਿਹੜੇ ਜਾਨਵਰ ਨੇ ਉਹਨਾਂ ਦੀ ਸੇਵਾ ਕਰਨ ਦੀ ਤਾਂ ਕਿ ਉਹ ਵੀ ਯੂਵੀ ਸਿੰਘ ਦੀ ਤਰ੍ਹਾਂ ਖਾਣਾ ਦੇ ਸਕਣ ਤੇ ਇਨ੍ਹਾਂ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਦੀ ਪੁੱਖ ਮਿਟਾ ਸਕਣ ਚਿਰਾਗ ਸ਼ਰਮਾ ਅਜੀਤ ਵਬ ਟੀਵੀ ਜਲੰਧਰ